ਪਾਵ ਤੁਰਲੀਆ, ਤੁਰਾ ਹੁੰਦਾ ਹੈ ਘੋੜਾ, ਕਹਿੰਦੇ ਜਵਾਨੀ 'ਚ ਤੈਨੂੰ ਬੜਾ ਮਾਣ ਹੈ ਘੋੜਿਆਂ ਦੇ ਉੱਤੇ ਪਾਇਰ ਰੱਖ ਰੱਖ ਕੇ ਬਹਿਣਾ ਹੈ। ਪੂਰੀ ਪੰਕਤੀ ਦਾ ਕਰਦੇ, ਫਿਰ ਪੂਰੀ ਪੰਕਤੀ ਦਾ ਦੂਜੇ ਰੁੱਖ ਕਰਾਂਗੇ। ਪਾਵ ਤੁਰਲੀਆ ਜੋਬਨ ਬਲੀਆ, ਕਹਿੰਦੇ ਜਵਾਨੀ ਦਾ ਤੈਨੂੰ ਬੜਾ ਬਲ ਹੈ ਨਾ, ਇਹਦਾ ਮਾਣ ਹੁੰਦਾ ਹੈ, ਹੰਕਾਰ ਹੁੰਦਾ ਹੈ। ਕਿਉਂ ਜੀ, ਜਿਹੜੇ ਬਜ਼ੁਰਗ ਬੈਠੇ ਮੇਰੇ ਪਿਤਾ ਸਮਾਨ, ਉਹਨਾਂ ਨੂੰ ਪੁੱਛੋ, ਉਹਨਾਂ ਨੇ ਜਵਾਨੀਆਂ ਹੰਢਾ ਲਈਆਂ ਹਨ। ਅਤੇ ਜਵਾਨੀ ਨੂੰ ਪੰਜਾਬੀ 'ਚ ਕੀ ਕਹਿੰਦੇ ਹੁੰਦੇ ਜੀ? ਪਿੰਡਾਂ 'ਚ ਕਹਿੰਦੇ ਇਹ ਅੰਨੀ ਹੁੰਦੀ, ਜਵਾਨੀ ਅੰਨੀ ਹੁੰਦੀ, ਕਿਸੇ ਦੀ ਸੁਣਦੀ ਨਹੀਂ, ਇਹ ਪਿਓ ਦੀ ਨਹੀਂ ਸੁਣਦੀ, ਇਹ ਮਾਂ ਦੀ ਨਹੀਂ ਸੁਣਦੀ, ਔਰ ਮਾਫ਼ ਕਰਨਾ ਇਹ ਗੁਰੂ ਦੀ ਵੀ ਨਹੀਂ ਸੁਣ ਦਿੰਦੀ। ਔਰ ਉਹ ਜਵਾਨੀ ਧਨ ਹੋ ਜਾਂਦੀ ਹੈ ਜਿਹੜੀ ਮਾਂ ਪਿਓ ਦੀ ਸੁਣਦੀ ਹੈ ਔਰ ਜਿਹੜੀ ਗੁਰੂ ਦੀ ਸੁਣਦੀ ਹੈ। ਜਦੋਂ ਤੁਸੀਂ ਗੁਰਮੁਖਾਂ ਦੇ ਇਸ ਸਟੇਜ ਤੋਂ ਨਾਂ ਲਏ ਜਾਣੇ ਆ, ਚੜ੍ਹਦੀ ਕਲਾ ਵਾਲਿਆਂ ਦੇ, ਉਹ ਜਵਾਨੀਆਂ ਜਿਹੜੀਆਂ ਗੁਰੂ ਨੂੰ ਭੇਟ ਹੋਈਆਂ ਸੀਗੀਆਂ, ਕਦੀ ਉਹਨਾਂ ਜਵਾਨੀਆਂ ਦਾ ਨਾਂ ਨਹੀਂ ਲਿਆ ਜਾਣਾ ਜਿਹੜੇ ਹੰਕਾਰ 'ਚ ਫਿਰਦੀਆਂ ਸੀ, ਜਿਹੜੇ ਨਸ਼ੇ 'ਚ ਫਿਰਦੀਆਂ ਸੀ। ਜਵਾਨੀਆਂ ਪੰਜ ਪਿਆਰੇ, ਸਾਰੇ ਜਵਾਨ ਸਨ। ਜਦੋਂ ਪੰਜ ਪਿਆਰਿਆਂ ਨੇ ਸੀਸ ਭੇਟ ਕੀਤੇ, ਸਾਰੇ ਜਵਾਨ ਸਨ। ਸਾਹਿਬਜ਼ਾਦੇ ਵੱਡੇ ਜਵਾਨ ਸਨ, ਸਾਡੇ 'ਤੇ ਬਾਬੇ ਸਨ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਸੰਗਤ ਜੀ, ਆਪਣੇ ਵੱਲ ਵੇਖੀਏ, ਜਵਾਨੀ ਜਿਹੜੀ ਹੈ ਬੰਦੇ ਨੂੰ ਟਿਕਣ ਨਹੀਂ ਦਿੰਦੀ। ਪਾਮ ਤੁਰਲੀਆ ਜੋਬਨ ਬਲੀਆ, ਇੱਕ ਹੋ ਗਿਆ। ਦੂਜਾ ਅਰਥ ਹੈ ਪਾਵਤ ਰਲੀਆ, ਕਹਿੰਦੇ ਪਾ ਲਈਆਂ ਇਹਨੇ ਰਲੀਆਂ, ਬੜੇ ਆਨੰਦ ਲੁੱਟਦਾ ਫਿਰਦਾ ਜਵਾਨੀਆਂ ਦੇ ਵਿੱਚ, ਰਲੀਆਂ ਮਾਣਦਾ ਫਿਰਦਾ ਹੈ ਬੈਠ ਕੇ, ਕਦੀ ਦੋਸਤਾਂ ਨਾਲ ਰਲੀਆਂ ਮਾਣਦਾ ਹੈ, ਕਦੀ ਪਰਿਵਾਰ ਨਾਲ ਬਹਿ ਕੇ ਰਲੀਆਂ ਮਾਣਦਾ ਹੈ, ਅਤੇ ਕਦੀ ਨਸ਼ਾ ਕਰਦਾ ਅਤੇ ਕਹਿੰਦਾ ਮੈਂ ਰਲੀਆਂ ਮਾਣਦਾ ਹੈ, ਮੈਂ ਬੜੇ ਆਨੰਦ ਲੁੱਟ ਰਿਹਾ ਹੈ। ਪਾਵਤ ਰਲੀਆ ਜੋਬਨ ਬਲੀਆ, ਜੋਬਨ ਦਾ ਬਲ ਇਹਨੂੰ ਬਹੁਤ ਟਿਕ ਕੇ ਬਹਿਣ ਨਹੀਂ ਦਿੰਦਾ। ਕੀ ਜਵਾਨੀ ਗੁਰੂ ਨਾਨਕ ਦੇਵ ਜੀ 'ਤੇ ਨਹੀਂ ਆਈ? ਜਵਾਨੀ ਭਗਤੀ ਕੀਤੀ ਅਤੇ ਮੁੜ ਕੇ ਉਪਦੇਸ਼ ਕਰਨ ਤੁਰ ਪਏ। ਕੀ ਜਵਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 'ਤੇ ਨਹੀਂ ਆਈ? ਇਹ ਕਿਹੜੀ ਅਲੱਗ ਜਵਾਨੀ ਹੈ ਜਿਹੜੀ ਸਾਡੇ 'ਤੇ ਆਈ ਹੈ ਅਤੇ ਸਾਨੂੰ ਟਿਕਣ ਨਹੀਂ ਦਿੰਦੀ? ਕਿਉਂ? ਕਿਉਂਕਿ ਸਾਡਾ ਰੋਲ ਮਾਡਲ ਹੁਣ ਸਤਿਗੁਰ ਨਹੀਂ ਰਹੇ। ਅਸੀਂ ਪ੍ਰਕਾਸ਼ ਪੁਰਬ 'ਤੇ ਮਨਾਉਂਦੇ ਹਾਂ ਪਰ ਸਤਿਗੁਰ ਨੂੰ ਨਹੀਂ ਮਨਾਉਂਦੇ। ਨਵੰਬਰ 'ਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਮਨਾਉਂਦੇ ਅਤੇ ਕਹਿੰਦੇ ਹਾਂ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਕਿ ਗੁਰੂ ਨਾਨਕ ਦੇਵ ਜੀ ਪ੍ਰਗਟ ਹੋ ਗਏ ਅਤੇ ਮੇਰੀ ਜ਼ਿੰਦਗੀ 'ਚ ਜਿਹੜੀ ਦੁਬਿਧਾ ਦੀ ਧੁੰਦ ਪਈ ਸੀ, ਜਿਹੜੀ ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਆਪਣੀ ਜ਼ਿੰਦਗੀ 'ਚ ਕਰਨਾ ਕੀ ਹੈ, ਮੈਂ ਮਾੜੀ ਸੰਗਤ 'ਚ ਬਹਿਣਾ ਹੈ, ਚੰਗੀ 'ਚ ਬਹਿਣਾ ਹੈ, ਅਤੇ ਬੰਦਾ ਉਹ ਦੁਬਿਧਾ ਤੋਂ ਮੈਂ ਸੁਰਖਰੂ ਹੋ ਗਿਆ ਗੁਰੂ ਦੇ ਪ੍ਰਕਾਸ਼ ਕਰਕੇ, ਅਤੇ ਮੈਂ ਆਪ ਜੀ ਨੂੰ ਪੁੱਛਦਾ ਸੁਰਖਰੂ ਹੋ ਗਏ ਜੇ? ਇਹ ਸੁਰਖਰੂ ਹੋ ਗਏ ਜੇ ਭਾਈ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ? ਹੋਏ ਹਨ ਸੁਰਖਰੂ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨ ਘੁੱਟ ਕੇ ਫੜ ਲਏ ਸਨ, ਜਿਨ੍ਹਾਂ ਨੇ ਕਿਹਾ ਗੁਰੂ ਨਾਨਕ ਦੇਵ ਜੀ ਤੇਰੇ ਤੋਂ ਇਲਾਵਾ ਮੇਰਾ ਕੋਈ ਨਹੀਂ ਹੈ, ਮੈਂ ਨਾ ਉਹਦੇ ਆਖੇ ਲੱਗਣਾ, ਨਾ ਉਹਦੇ, ਨਾ ਉਹਦੇ ਦਾਤਾ, ਮੈਂ ਸਿਰਫ ਤੇਰਾ ਅਤੇ ਤੂੰ ਮੇਰਾ ਅਤੇ ਮੈਂ ਤੇਰੇ ਆਖੇ ਲੱਗਣਾ ਹੈ। ਪਾਵ ਤੁਰਲੀਆ ਜੋਬਨ ਬਲੀਆ, ਕਹਿੰਦੇ ਬੜੀਆਂ ਜਵਾਨੀਆਂ ਮਾਣਦਾ ਹੈ, ਹੋਣਾ ਕੀ ਹੈ ਜਵਾਨੀ ਦਾ? ਨਾਮ ਬਿਨਾ ਮਾਟੀ ਸੰਗ ਰਲੀਆ, ਕਹਿੰਦੇ ਇੱਕ ਦਿਨ ਪਰਮੇਸ਼ਰ ਦਾ ਨਾਮ ਨਾ ਜਪਣ ਕਰਕੇ ਤੂੰ ਖੇ ਹੋ ਜਾਣਾ ਹੈ, ਤੂੰ ਮਿੱਟੀ ਹੋ ਜਾਣਾ ਹੈ। ਸੰਗਤ ਜੀ, ਗੁਰੂ ਸਾਹਿਬ ਜੀ ਦੇ ਪ੍ਰਵਚਨ ਹਨ, ਇਹਨਾਂ ਨੂੰ ਧਿਆਨ ਨਾਲ ਸੁਣ ਕੇ ਆਪਣੇ ਜੀਵਨ ਵਿੱਚ ਧਾਰਨ ਕਰੋ। ਉਦਾਹਰਨਾਂ ਦਿੱਤੀਆਂ ਜਵਾਨੀ ਦੀਆਂ, ਕਾਨ ਕੁੰਡਲੀਆ, ਕਿਉਂ ਜੀ? ਅੱਜ ਸਾਡੇ ਸਿੱਖਾਂ ਦੇ ਨੌਜਵਾਨ ਵੀਰ ਕੰਨਾਂ ਦੇ ਵਿੱਚ ਵਾਲੀਆਂ ਪਾਈ ਫਿਰਦੇ ਹਨ, ਮੁੰਦਰਾਂ ਪਾਈ ਫਿਰਦੇ ਹਨ। ਬਾਣੀ 'ਚ ਲਿਖਿਆ ਹੈ ਕਾਨ ਕੁੰਡਲੀਆ ਬਸਤਰ ਉਡਲੀਆ,
ਬੜੇ ਸੋਹਣੇ ਸੋਹਣੇ ਕੱਪੜੇ ਪਾ ਕੇ ਤੁਰਿਆ ਫਿਰਦਾ ਹੈ। ਸੇਜ ਸੁਖਲੀਆ, ਕਿਉਂ ਜੀ ਬੈੱਡ ਵੇਖੋ ਘਰੇ ਕਿੰਨੇ ਕਿੰਨੇ ਸੋਹਣੇ ਮਿਲੇ ਆਪਾਂ ਨੂੰ। ਸੇਜ, ਸੇਜ ਹੁੰਦੀ ਬੈੱਡ, ਸੁਖਲੀਆ ਜਿੱਥੇ ਬੜੇ ਆਰਾਮ ਦੇ ਨਾਲ ਆਰਾਮ ਕਰਦਾ ਹੈ। ਮਨ ਗਰਬਲੀਆ, ਤੇ ਮਨੋ ਤੋਂ ਹੰਕਾਰੀ ਹੋ ਗਿਆ। ਕਾਨ ਕੁੰਡਲੀਆ, ਬਸਤਰੋ ਡਲੀਆ, ਸੇਜ ਸੁਖਲੀਆ, ਮਨ ਗੁਰਬਲੀਆ। ਅੱਗੇ ਪੰਕਤੀ ਸੁਣੋ, ਕਹਿੰਦੇ ਤਲੇ ਕੁੰਚਰੀਆ, ਤੇਰੇ ਪੈਰਾਂ ਥੱਲੇ ਹਾਥੀ ਹੋਵੇ, ਇੰਨੀ ਅਮੀਰੀ ਹੋਵੇ ਤੇਰੇ ਘਰ 'ਚ। ਆ ਇੱਥੇ ਹੁਣ ਮਹਿੰਗੀਆਂ ਮਹਿੰਗੀਆਂ ਗੱਡੀਆਂ ਵੀ ਹੋਣ, ਤਲੇ ਤਲੇ ਹੁੰਦੇ ਪੈਰ ਦਾ ਤਲਾ, ਥੱਲੇ ਤਲੇ ਕੁੰਚਰੀਆ, ਕੁੰਚਰ ਹੁੰਦਾ ਹਾਥੀ, ਤਲੇ ਕੁੰਚਰੀਆ, ਸਿਰ ਕਣਕ ਛਤਰੀਆ, ਤੇਰੇ ਸਿਰ ਦੇ ਉੱਤੇ ਸੋਨੇ ਦਾ ਵੀ ਛਤਰ ਝੁਲਦਾ ਹੋਵੇ। ਕਣਕ ਹੁੰਦਾ ਸੋਨਾ, ਛਤਰ ਛਤਰੀਆ। ਤਲੇ ਕੁੰਚਰੀਆ, ਸਿਰ ਕਣਕ ਛਤਰੀਆ, ਹਰ ਭਗਤ ਬਿਨਾ ਲੇ ਤਰਨ ਗਡਲੀਆ। ਕਹਿੰਦੇ ਇੱਕ ਦਿਨ ਉੱਥੇ ਗੱਡਿਆ ਜਾਏਗਾ ਜਿੱਥੋਂ ਨਿਕਲ ਨਹੀਂ ਸਕੇਗਾ, ਉਹਦੀ ਭਗਤੀ ਤੋਂ ਬਿਨਾ। ਹਰ ਭਗਤ ਬਿਨਾ ਲੇ ਧਰਨ ਗਡਲੀਆ। ਔਰ ਸਵਾਦਾਂ ਦੀ ਗੱਲ ਚੱਲੀ ਸੀ, ਗੌਰ ਕਰਨਾ ਅਗਲੀ ਪੰਕਤੀ। ਰੂਪ ਸੁੰਦਰੀਆ, ਅਣਕ ਇਸਤਰੀਆ, ਜਿਹੜਾ ਅੱਜ ਭੈੜ ਚੱਲਿਆ ਹੋਇਆ ਸਾਡੀ ਕੌਮ ਦੇ ਵਿੱਚ। ਸਾਡੀ ਕੌਮ 'ਚ ਕੀ ਸੀ ਨਿਯਮ? ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਇੱਥੇ ਆਸ਼ਕੀਆਂ ਕਿੱਥੋਂ ਆ ਗਈਆਂ ਅਤੇ ਇੱਥੇ ਮਖੌਲ ਕਿੱਥੇ ਆ ਗਏ ਭੈਣਾਂ ਨੂੰ? ਭਾਈ ਸਾਡਾ ਇੱਕ ਅਸੂਲ ਸੀ, ਇੱਕ ਜ਼ਿੰਦਗੀ 'ਚ ਤੇਰੀ ਔਰਤ ਹੈ, ਉਸ ਤੋਂ ਬਾਅਦ 'ਚ ਜਿਹੜੀਆਂ ਵੱਡੀਆਂ ਉਹ ਤੇਰੀ ਮਾਂ ਸਮਾਨ ਹੈ, ਜਿਹੜੀਆਂ ਬਰਾਬਰ ਹਨ ਉਹ ਤੇਰੀਆਂ ਭੈਣਾਂ ਹਨ, ਅਤੇ ਛੋਟੀਆਂ ਤੇਰੀ ਧੀ ਦੇ ਸਮਾਨ ਹਨ। ਗੌਰ ਕਰਿਓ, ਦੇਖ ਔਰ ਵੇਖੋ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬੋਲ, ਕਹਿੰਦੇ ਪਰਾਈਆਂ ਚੰਗੀਆਂ। ਗੌਰ ਕਰੋ ਵੀਰੋ, ਕਾਮ ਸੁੰਦਰਤਾ ਰੂਪ ਨੂੰ ਦੇਖ ਕੇ ਕਾਮ ਪੈਦਾ ਹੁੰਦਾ ਹੈ। ਜੇ ਸਰੂਪ ਸੋਹਣਾ ਨਾ ਹੋਵੇ, ਹੋ ਸਕਦਾ ਕਾਮ ਵੀ ਪੈਦਾ ਨਾ ਹੋਵੇ। ਅਤੇ ਮਹਾਰਾਜ ਨੇ ਸਮਝਾਇਆ ਸੀ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਅਤੇ ਭੈਣਾਂ ਨੂੰ ਵੀ ਤਾਂ ਸੋਚਣਾ ਪੈਣਾ, ਉਹ ਵੀ ਤਾਂ ਭਾਣਾ ਬਣ ਕੇ ਰਹਿਣ। ਆ ਜਿਹੜੀਆਂ ਟਿਕਟੋਕ 'ਤੇ ਤੁਰੀਆਂ ਫਿਰਦੀਆਂ, ਇਹਨਾਂ ਨੂੰ ਭੈਣਾਂ ਕਹੋਗੇ ਤੁਸੀਂ? ਦਿਲ ਭਾਵੇਂ ਗੁਰੂ ਸਾਹਿਬ ਦਾ ਹੁਕਮ ਹੈ ਕਿ ਬਰਾਬਰ ਦੀਆਂ ਭੈਣਾਂ ਹੈ, ਸਿੱਖ ਕਹੂਗਾ ਨਹੀਂ ਮਹਾਰਾਜ, ਇਹਨੂੰ ਮੈਂ ਭੈਣ ਨਹੀਂ ਕਹਿ ਸਕਦਾ, ਭਾਵੇਂ ਤੁਹਾਡਾ ਹੁਕਮ ਹੈ, ਇਹਦਾ ਕਰਤੂਤ ਇਹਦੀ ਭੈਣ ਵਾਲੀ ਨਹੀਂ ਹੈ। ਵਾਪਸ ਆਈਏ, ਰੂਪ ਸੁੰਦਰੀਆ, ਅਣਕ ਇਸਤਰੀਆ। ਕਹਿੰਦੇ ਬੜੇ ਰੂਪ ਸੁੰਦਰ ਹੋਣ ਤੇਰੇ ਆਲੇ ਦੁਆਲੇ, ਬਹੁਤ ਇਸਤਰੀਆਂ ਦੇ ਨਾਲ ਵੀ ਤੂੰ ਸੰਬੰਧ ਬਣਾ ਲਵੇਂ, ਮਾਫ਼ ਕਰ ਦੇਣਾ ਮੈਨੂੰ। ਇਹ ਗੁਰਮਤ ਨਹੀਂ ਹੈ, ਪਰ ਗੁਰੂ ਸਾਹਿਬ ਸਮਝਾ ਰਹੇ ਹਨ। ਰੂਪ ਸੁੰਦਰੀਆ, ਅਣਕ ਇਸਤਰੀਆ, ਹਰ ਰਸ ਬਿਨ ਸਭ ਸਵਾਦ ਫਿਕਰੀਆ। ਕਹਿੰਦੇ ਜੇ ਤੈਨੂੰ ਪਰਮੇਸ਼ਰ ਜੀ ਦੇ ਨਾਮ ਦਾ ਰਸ ਨਾ ਆਇਆ, ਤੇਰੇ ਸਾਰੇ ਹੀ ਰਸ ਫਿੱਕੇ ਹੀ ਰਹਿਣੇ ਆ। ਤੂੰ ਫਿੱਕੇ ਰਸਾਂ ਨੂੰ ਮਿੱਠੇ ਕਰਕੇ ਸਮਝ ਗਿਆ ਕਿ ਬਹਿ ਗਿਆ ਹੈ? ਕਿਉਂ ਜੀ, ਗੱਲ ਰਸਾਂ ਤੋਂ ਚੱਲੀ। ਫਰੀਦ ਜੀ ਨੇ ਵੇਖੋ ਜਿਨ੍ਹਾਂ ਨੇ ਮਾਣੇ ਆ, ਉਹਨਾਂ ਨੇ ਕਹਿ ਦਿੱਤਾ ਭਾਈ ਤੁਸੀਂ ਮਿੱਠੇ ਨੂੰ ਮਿੱਠਾ ਕਹਿੰਦੇ ਜੇ, ਮਿੱਠਾ ਮਿੱਠਾ ਨਹੀਂ ਜੇ, ਗੁਰੂ ਦਾ ਨਾਮ ਮਿੱਠਾ ਜੇ। ਉਹ ਤੁਸੀਂ ਸ਼ਹਿਦ ਨੂੰ ਮਿੱਠਾ ਕਹਿੰਦੇ ਜੇ, ਨਹੀਂ ਪਰਮੇਸ਼ਰ ਦਾ ਨਾਮ ਮਿੱਠਾ ਜੇ। ਕਿਉਂ? ਕਿਉਂਕਿ ਉਹਨਾਂ ਨੇ ਉਹ ਵੀ ਜ਼ਬਾਨ 'ਤੇ ਰੱਖ ਕੇ ਵੇਖ ਲਿਆ, ਅਤੇ ਉਹਨਾਂ ਨੇ ਪਰਮੇਸ਼ਰ ਜੀ ਦਾ ਨਾਮ ਵੀ ਜ਼ਬਾਨ ਦੇ ਉੱਤੇ ਰੱਖ ਕੇ ਵੇਖ ਲਿਆ। ਕਿਉਂ ਜੀ, ਜੇ ਆਪ ਜੀ ਨੂੰ ਕਿਹਾ ਜਾਵੇ ਆਹ ਅੰਬ ਫੜ ਅਤੇ ਆਹ ਅੰਬ ਫੜ, ਦੱਸ ਦੋਵਾਂ 'ਚੋਂ ਮਿੱਠਾ ਕਿਹੜਾ ਹੈ, ਤਾਂ ਕਿੱਦਾਂ ਦੱਸੋਗੇ? ਜ਼ਬਾਨ 'ਤੇ ਪਹਿਲਾਂ ਇੱਕ ਲਾਓਗੇ, ਮੁੜ ਕੇ ਦੂਜਾ ਲਾਓਗੇ, ਅਤੇ ਸਾਫ਼ ਦੱਸ ਦਓਗੇ ਆਹ ਜਿਹੜਾ ਜ਼ਿਆਦਾ ਮਿੱਠਾ ਹੈ।
ਫੈਸਲਾ ਹੁੰਦਾ ਹੈ। ਮਾਇਆ ਛਲੀਆ, ਕਹਿੰਦੇ ਮਾਇਆ ਨੇ ਇਹਨੂੰ ਛਲ ਲਿਆ ਹੈ ਅਸਲ ਦੇ ਵਿੱਚੋਂ। ਹੁਣ ਜਦੋਂ ਮਾਇਆ ਹੁੰਦੀ ਨਾ, ਮਾਇਆ ਕੀ ਹੁੰਦੀ ਹੈ? ਮਾਇਆ ਹੁੰਦੀ ਜਿਹੜੀ ਡਾਊਟ ਕ੍ਰੀਏਟ ਕਰਦੀ। ਡਾਊਟ ਹੁੰਦਾ ਭਰਮ, ਜਿਹੜੀ ਚੀਜ਼ ਸੱਚ ਨਹੀਂ ਹੈ ਪਰ ਸੱਚ ਲੱਗਣਾ ਸ਼ੁਰੂ ਹੋ ਜਾਂਦੀ ਉਹ ਮਾਇਆ ਕਰਦੀ ਹੈ। ਮਾਇਆ ਨੇ ਡਾਊਟ ਕ੍ਰੀਏਟ ਕੀ ਕੀਤਾ ਕਿ ਪਰਮੇਸ਼ਰ ਜੀ ਦਾ ਨਾਮ ਨਹੀਂ ਹੁਣ ਇਹਨੂੰ ਮਿੱਠਾ ਲੱਗਦਾ, ਹੁਣ ਦੂਜੀਆਂ ਚੀਜ਼ਾਂ ਮਿੱਠੀਆਂ ਲੱਗਣ ਲੱਗ ਪਈਆਂ। ਇਹ ਮਾਇਆ ਨੇ ਖੇਡ ਰਚ ਦਿੱਤੀ, ਇਹਨੂੰ ਕਹਿੰਦੇ ਮਾਇਆ ਦੀ ਖੇਡ। ਕਹਿੰਦੇ ਮਾਇਆ ਨੇ ਇਹਨੂੰ ਛਲ ਲਿਆ, ਇਹਦੇ ਨਾਲ ਧੋਖਾ ਹੋ ਗਿਆ। ਇਹ ਆਇਆ ਸੀ ਦੁਨੀਆਂ 'ਚ ਪਰਮੇਸ਼ਰ ਜੀ ਦਾ ਮਿੱਠਾ ਨਾਮ ਜਪਣ ਬਦਲੇ, ਪਰ ਇਹ ਧੋਖੇ 'ਚ ਆ ਗਿਆ। ਉਸ ਧੋਖੇ 'ਚ ਆਣ ਕੇ ਇਹਨੇ ਹੁਣ ਮਾਇਆ ਦੇ ਨਾਲ ਛਲਿਆ ਗਿਆ, ਹੁਣ ਇਹਨੂੰ ਦੂਜੇ ਸਵਾਦ ਮਿੱਠੇ ਲੱਗਣ ਲੱਗ ਪਏ, ਪਰਮੇਸ਼ਰ ਜੀ ਦਾ ਨਾਮ ਭੁੱਲ ਗਿਆ। ਮਾਇਆ ਛਲੀਆ, ਅਤੇ ਮਾਇਆ ਕੀ ਕਰਦੀ ਫਿਰ? ਬੇਕਾਰ ਬਿਖਲੀਆ, ਬੇਕਾਰ ਹੁੰਦੇ ਵਿਕਾਰ, ਬਿਖ ਹੁੰਦੀ ਜ਼ਹਿਰ। ਕਹਿੰਦੇ ਹੁਣ ਇਹ ਵਿਕਾਰਾਂ ਰੂਪ ਜ਼ਹਿਰ ਆਪਣੇ ਅੰਦਰ ਭਰੀ ਜਾ ਰਿਹਾ, ਕਾਮ ਰੂਪ, ਕ੍ਰੋਧ ਰੂਪ, ਲੋਭ ਰੂਪ, ਮੋਹ ਰੂਪ, ਹੰਕਾਰ ਰੂਪ। ਅਤੇ ਗੌਰ ਕਰਨਾ ਸੰਗਤ ਜੀ, ਕਿੱਦਾਂ ਇਹ ਸਾਡੀ ਜੀਵਨਾਂ ਬਰਬਾਦ ਕਰ ਰਹੇ ਆ, ਇਹ ਸਾਨੂੰ ਪਤਾ ਨਹੀਂ ਲੱਗ ਰਿਹਾ। ਕਿਉਂ? ਕਿਉਂਕਿ ਮਾਇਆ ਛਲੀਆ, ਮਾਇਆ ਛਲੀਆ, ਬੇਕਾਰ ਬਿਖਲੀਆ। ਇੱਕ ਹੀ ਤਰੀਕਾ ਹੈ ਜੀ, ਇੱਕ ਤਰੀਕਾ ਕੀ ਹੈ? ਸ਼ਰਨ ਨਾਨਕ ਪ੍ਰਭ ਪੁਰਖ ਦਇਆਲੀਆ। ਇੱਕ ਹੀ ਤਰੀਕਾ ਹੈ ਕਿ ਉਸ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਆ ਜਾਈਏ ਕਿ ਵਾਹਿਗੁਰੂ ਜੀ ਮੈਨੂੰ ਬਖਸ਼ ਲੈ, ਤੂੰ ਦਿਆਲੂ ਹੈ। ਅਰਦਾਸ ਕਰੀਏ, ਹਾ ਹਾ ਪ੍ਰਭ ਰਾਖ ਲਿਹੋ, ਹਮ ਤੇ ਕਸ਼ੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਹੋ। ਸੰਗਤ ਜੀ, ਨਾਮ ਤਾਂ ਜਪਣਾ ਹੀ ਪੈਣਾ, ਚਾਹੇ ਹੁਣ ਜਪ ਲਈਏ, ਨਹੀਂ ਤਾਂ 84 ਲੱਖ ਜੂਨਾ ਫਿਰ ਕੇ ਫਿਰ ਜਪਣਾ ਪਏਗਾ, ਜਪਣਾ ਹੀ ਪੈਣਾ ਹੈ। ਛੁਟਕਾਰਾ ਇੱਥੇ ਹੀ ਆ ਕੇ ਹੋਣਾ, ਇਹ ਤੋਂ ਇਲਾਵਾ ਛੁਟਕਾਰਾ ਨਹੀਂ ਹੋਣਾ। ਇਹ ਆਪ ਜੀ ਦੀ ਖੁਸ਼ੀ ਹੈ, ਜੀਵਨ ਕਿੱਦਾਂ ਨਿਰਵਾਹ ਕਰਨਾ ਹੈ ਪਰਮੇਸ਼ਰ ਜੀ ਨੇ ਦੇ ਦਿੱਤਾ ਹੈ, ਪਰ ਅਖੀਰ ਦੀ ਬਾਕੀ ਇੱਥੇ ਆਉਣਾ ਪੈਣਾ ਹੈ।